ਵੀਡੀਓ ਬਣਾਉਣੀ ਆਹੋ ਵਾਹ ਜਾ ਕਰ ਆਹ ਵੀਡੀਓ ਬਣਾਉਣੀ ਨਹੀਂ ਮੈਨੂੰ ਕਿਹਦੋਂ ਆਉਂਦੀ ਬਣਾਉਣੀ ਇੱਧਰ ਦੇ ਮੈਂ ਬਣਾਉਣੀ ਤੂੰ ਵੀਡੀਓ ਬਣਾਉਣਾ ਸੁਣ ਲੈ ਕੇ ਪੱਟੀ ਮੈਂ ਬਣਦੀ ਪਈ ਆ ਸੁਭਾਨ ਅੱਲਾ ਸੁਭਾਨ ਅੱਲਾ
ਨੇਕੀਆਂ ਨੇ ਨਾ ਤੇ ਮੇਰੇ ਕੋਲ ਇਲਮ ਉਹ ਹੈ ਨਹੀਂ ਦਾ ਅਮਲ ਵੀ ਥੋੜਾ ਹੈ ਤੇ ਸਿੱਧੀਆਂ ਸਾਧੀਆਂ ਚਟਕੀਆਂ ਇੱਕ ਦੋ ਗੱਲਾਂ ਸਰਕਾਰ ਦੇ ਪਿਆਰ ਤੇ ਮੁਹੱਬਤ ਦੀ ਅਰਜ਼ ਕਰਨੀਆਂ ਸੁਭਾਨ ਅੱਲਾਹ ਤੇ ਸਰਕਾਰ ਵੇਖਦਾ ਨੇ ਜਾਂ ਨਹੀਂ ਵੇਖਦੇ ਉਹ ਤੁਹਾਡੀਆਂ ਬੋਲੀਆਂ ਤੇ ਸੁਣਦੇ ਸੁਣਦੇ ਨੇ ਆਮਨਾ ਦੇ ਲਾਲ ਦੀ ਸ਼ਾਨ ਹੀ ਵੱਖਰੀ ਹੈ ਰੱਬ ਦੇ ਯਾਰ ਦਾ ਮਕਾਮ ਹੀ ਵੱਖਰਾ ਹੈ ਰੱਬ ਦੇ ਯਾਰ ਦੀਆਂ ਸ਼ਾਨਾਂ ਹੀ ਵੱਖਰੀਆਂ ਨੇ ਉਲਮਾ ਤਸ਼ਰੀਫ ਫਰਮਾ ਨੇ ਅਸੀਂ ਤੇ ਜੁਮ ਜੁਮ ਕੇ ਕਹਿ ਰਹੇ ਹਾਂ ਨਕੀ ਦੇ ਮਹਿਫਲ ਨੇ ਮਾਸ਼ਾਅੱਲਾ ਯਕੀਨਾਂ ਦੇ ਕਿਹਨਾਂ ਦੀ ਮਜਬੂਰੀ ਸਮਝ ਲਓ ਤੇ ਜੋ ਮਰਜ਼ੀ ਸਮਝ ਲਓ ਬੜੀ ਮੁਹੱਬਤ ਦਾ ਇਜ਼ਹਾਰ ਫਰਮਾਉਂਦੇ ਨੇ ਜਿਹੜਾ ਵੀ ਸਰਕਾਰ ਦਾ ਮਹਿਮਾਨ ਆਇਆ ਹੈ ਗੁਲਾਮ ਆਇਆ ਹੈ ਬੜੇ ਅੱਛੇ ਲਫ਼ਜ਼ਾਂ ਦੇ ਨਾਲ ਪਰ ਅਸੀਂ ਤੇ ਦੁਆ ਕਰਾਂਗੇ ਕਿ ਜਿਹੜੇ ਲਫ਼ਜ਼ ਬੋਲਦੇ ਰਹੇ ਨੇ ਅੱਲਾ ਉਵੇਂ ਕਰ ਦੇਵੇ ਤੇ ਕੀ ਬਾਤ ਹੈ ਜੀ ਰੋਸ਼ਨੀਆਂ ਹੋ ਗਈਆਂ ਜਲਵਾ ਕਰਨੇ ਔਰ ਜਿਨ੍ਹਾਂ ਦੇ ਬਾਰੇ ਰਹਿਮਤ ਲਿਲ ਆਲਮੀਨ ਨੇ ਫਰਮਾਇਆ ਜਿਹੜਾ ਕੁਰਾਨ ਪਾਕ ਦਾ ਇਲਮ ਹਾਸਲ ਕਰਨ ਵਾਸਤੇ ਘਰੋਂ ਨਿਕਲਦਾ ਹੈ ਨਾ ਉਹਦੀ ਕੋਈ ਸ਼ਾਨ ਮਾਮੂਲੀ ਨਹੀਂ ਦੀ ਉਹਦੇ ਕਦਮਾਂ ਦੇ ਥੱਲੇ ਰੱਬ ਦੇ ਫਰਿਸ਼ਤੇ ਆਪਣੇ ਪਰ ਰੱਖ ਦਿੰਦੇ ਸੁਭਾਨ ਅੱਲਾ ਬੜੇ ਘੱਟ ਲੋਕ ਨੇ ਜਿਨ੍ਹਾਂ ਨੂੰ ਸੁਭਾਣਾ ਕੱਲਾ ਵੀ ਸਹੀ ਰੰਗ ਚਿਸ਼ਤੀਆਂ ਵਾਲਾ ਸੀ ਸਰਕਾਰ ਨੇ ਆਪਣਾ ਕਦਮ ਰੱਖਿਆ ਤੇ ਉਹ ਪਹਾੜ ਅੱਜ ਵਧੇ ਚੱਲ ਗਿਆ ਤਿੰਨ ਮੀਲਾਂ ਦਾ ਪਹਾੜ ਲੰਮਾ ਚੌੜਾ ਤੇ ਉਹ ਏਡਾ ਲੰਮਾ ਚੌੜਾ ਪਹਾੜ ਅੱਜ ਵਧੇ ਚੱਲ ਗਿਆ ਅੱਜ ਲੱਗ ਪਿਆ ਤੇ ਸਰਕਾਰ ਨੇ ਕੱਚ ਪੈਰ ਭਾਰਿਆ ਪਰ ਮੈਂ ਤੂੰ ਵੇਖਦਾ ਨਹੀਂ ਹੈ ਤੇਰੇ ਤੇ ਇੱਕ ਨਬੀ ਹੈ ਸਹੀਦ ਨੇ ਇੱਕ ਸਦੀ
ਜਾਨਵਰਾਂ ਨਾਲ ਪਿਆਰ ਕਰਦਾ ਹੈ ਜਿਹੜੇ ਸੋਹਣੇ ਨਾਲ ਪਿਆਰ ਕਰਦੇ ਨੇ
ਸੋਹਣਾ ਉਹਨਾਂ ਪੱਥਰਾਂ ਨਾਲ ਪਿਆਰ ਕਰਦਾ ਹੈ ਜਿਹੜੇ ਸੋਹਣੇ ਨਾਲ ਪਿਆਰ ਕਰਦੇ ਨੇ, ਸੋਹਣਾ ਉਹਨਾਂ ਦਰਖਤਾਂ ਨਾਲ ਪਿਆਰ ਕਰਦਾ ਹੈ ਜਿਹੜੇ ਸੋਹਣੇ ਨਾਲ ਪਿਆਰ ਕਰਦੇ ਨੇ। ਮੈਂ ਕਹਿੰਦਾ ਯਾਰ ਉੱਥੇ ਏਡਾ ਕਰੀਬ ਵਾਕਾ ਹੈ, ਰੰਗ ਦਾ ਭਾਵੇਂ ਕਾਲਾ ਹੋਵੇ, ਹੋਠ ਭਾਵੇਂ ਮੋਟੇ ਹੋਣ, ਵਾਲ ਭਾਵੇਂ ਨਾ ਸਹੀ ਹੋਣ, ਤੇ ਜਾਤ ਦਾ ਭਾਵੇਂ ਕੰਮੀ ਹੋਵੇ, ਇਹ ਅਵਸਥ ਰਹਿਣ ਵਾਲਾ ਹੋਵੇ, ਸੋਹਣੇ ਦੀ ਬਾਰਗਾਹ ਜਾ ਜਾਏ ਤੇ ਸੋਹਣਾ ਇਹ ਨਹੀਂ ਵੇਖਦਾ ਕਿ ਰੰਗ ਦਾ ਕੀ ਹੋ ਜਾਏ, ਸੋਹਣਾ ਵੇਖਦਾ ਹੈ ਦਿਲ ਦਾ ਕੀ ਹੋ ਜਾਏ, ਸੋਹਣਾ ਵੇਖਦਾ ਹੈ। ਯਾਰ ਕਮਲੀ ਵਾਲੇ ਆਖਾਂ ਨੇ ਹੱਦ ਨਹੀਂ ਕੀਤੀ ਵਫਾਵਾਂ ਦੀ ਕਿ ਬਿਲਾਲੇ ਹਬਸ਼ੀ ਨੂੰ ਕਾਬੇ ਦੀ ਛੱਤ ਤੇ ਚੜਾਂਗੇ, ਪਰ ਮੈਂ ਬਿਲਾਲ ਛੱਤ ਤੇ ਚੜ ਮੈਂ ਮੱਕੇ ਦੇ ਰਹਿਣ ਵਾਲਿਆਂ ਨੂੰ ਦੱਸਣਾ ਚਾਹਨਾ ਕਿ ਮੁਹੰਮਦ ਅਰਬੀ ਦੀਆਂ ਵਫਾਵਾਂ ਵੇਖੋ ਤੁਸੀਂ, ਸੋਹਣੇ ਲਜਪਾਲ ਦੀਆਂ ਵਫਾਵਾਂ ਵੇਖੋ ਕਿਸ ਤਰ੍ਹਾਂ ਨੇ, ਸੋਹਣਾ ਨਿਭਾਉਂਦਾ ਕਿਸ ਤਰ੍ਹਾਂ ਦੇ ਨਾਲ ਹੈ। ਲਜਪਾਲ ਜਿਦਾ ਸਰਕਾਰ ਫਰਮਾਂਦੇ ਨੇ ਨੁਸਰ ਤੋਂ ਹਦੀਸ ਤੇ ਦੇਖੋ ਸੁਭਾਨ ਅੱਲਾਹ, ਫਿਰ ਆਪ ਨੇ ਫਰਮਾਇਆ ਨੁਸਰ ਤੋਂ, ਫਿਰ ਆਪ ਨੇ ਫਰਮਾਇਆ ਨੁਸਰ ਤੋਂ, ਅੰਮੀ ਜੀ ਸਾਡੀਆਂ ਅੰਮੀ ਜਾਨ ਸਾਡੀ ਫਰਮਾਉਂਦੀਆਂ ਨੇ, ਸੁਣਿਆ ਨਾ ਕੋਈ ਆਇਆ ਹੈ ਨਾ ਕੋਈ ਗਿਆ ਹੈ ਨਾ ਕਿਸੇ ਦੀ ਮੈਂ ਆਵਾਜ਼ ਸੁਣੀ ਹੈ, ਤੁਸੀਂ ਕਿਉਂ ਆਖਿਆ ਮੈਂ ਤੁਹਾਡੀ ਮਦਦ ਕੀਤੀ? ਯਾਰ ਉਧਰ ਹੋਇਓ ਤੁਸੀਂ ਕੀ ਬੈਠੇ ਜੋ ਤਾਂ ਸ਼ੋਰ ਨਾ ਕਰੋ, ਕੀ ਤਾਂ ਤੁਹਾਨੂੰ ਪਿੱਛੇ ਚੱਲਦੇ ਨੇ ਸਾਰਾ ਕੋ ਐਂਡ ਮਦੀਨੇ ਦੇ ਤਾਜਦਾਰਾ ਕਿਸੇ ਦੀ ਆਵਾਜ਼ ਨਹੀਂ ਆਈ ਨਾ ਮੈਂ ਸੁਣੀ ਨਾ ਕੋਈ ਆਇਆ ਨਾ ਕੋਈ ਗਿਆ, ਤੁਸੀਂ ਫਰਮਾਇਆ ਤੂੰ ਸਿਰ ਤੋਂ ਮੈਂ ਤੇਰੀ ਮਦਦ ਕੀਤੀ, ਤੂੰ ਸਿਰ ਤੋਂ ਮੈਂ ਤੇਰੀ ਮਦਦ ਕੀਤੀ, ਤੂੰ ਸਿਰ ਤੋਂ ਮੈਂ ਤੇਰੀ ਮਦਦ ਕੀਤੀ, ਸੋਹਣਿਆ ਕੌਣ ਅੱਜ ਦੀ ਮਦਦ ਕਰਦੇ ਪਏ ਹੋ? ਆ ਸੁਣ ਮੇਰੇ ਕਮਲੀ ਵਾਲੇ ਆਕਾ ਦਾ ਕੀਤਾ, ਸੋਹਣਾ ਮਦੀਨੇ ਦਾ ਤਾਜਦਾਰ ਬੋਲ ਕੇ ਜਾ ਲੱਗਿਆ, ਜ਼ੈਨਬ ਇੱਕ ਮੇਰਾ ਗੁਲਾਬ ਕਲਮਾ ਪੜਨ ਵਾਲਾ ਮੱਕੇ ਵਿੱਚੋਂ ਨਿਕਲਿਆ, ਜਦੋਂ ਰਾਹ ਵਿੱਚ ਪਹੁੰਚਿਆ ਕੁਝ ਕਾਫਰਾਂ ਨੇ ਤੇਰਾ ਪਾ ਲਿਆ, ਰਸਤੇ ਵਿੱਚ ਆਇਆ ਕਾਫਰਾਂ ਨੇ ਘੇਰਾ ਪਾ ਲਿਆ ਤੇ ਅਰਜ਼ ਕੀਤੀ ਮਦੀਨੇ ਦੇ ਤਾਜਦਾਰਾ ਦੀ, ਅੱਜ ਬਚਾਵੇਂ ਤੇ ਤੂੰ ਬਚਾਵੇਂ, ਅੱਜ ਬਚਾਵੇਂ ਤੇ ਤੂੰ ਬਚਾਵੇਂ, ਤੇ ਕਮਲੀ ਵਾਲੇ ਆਕਾ ਨੇ ਫਰਮਾਇਆ ਮੇਰੇ ਗੁਲਾਮ ਨੇ ਮੈਨੂੰ ਪੁਕਾਰਿਆ ਤੇ ਮੈਂ ਉਹਨੂੰ ਕਹਿੰਦਾ ਪਿਆ ਨੁਸਰ ਤੋਂ ਮੇਰੇ ਗੁਲਾਮਾ ਪਰੇਸ਼ਾਨ ਨਾ ਹੋ ਮੈਂ ਤੇਰੀ ਮਦਦ ਕਰਨਾ, ਮੈਂ ਤੇਰੀ ਮਦਦ, ਕਮਲੀ ਵਾਲੇ ਆਕਾ ਨੇ ਦੱਸ ਦਿੱਤਾ ਮੇਰੇ ਗੁਲਾਮ ਜਿਸ ਕੋਨੇ ਵਿੱਚ ਹੋਏਗਾ ਕਿੱਥੇ ਵੀ ਹੋਏਗਾ ਮੈਨੂੰ ਪੁਕਾਰੇਗਾ, ਸਰਦਾਰ ਫਰਮਾਉਂਦੇ ਨੇ ਮੈਂ ਉਹਦੀ ਪੁਕਾਰ ਤੂੰ ਸੁਣਦਾ ਵੀ ਹੈ ਫਿਰ ਜਵਾਬ ਵੀ ਦੇਣਾ ਫਿਰ ਉਹਦੀ ਮਦਦ ਵੀ ਕਰਨਾ। ਸਿੱਧੀਆਂ ਦੋ ਚਾਰ
ਗੱਲਾਂ ਇਮਾਮ ਬਸ਼ੀਰੀ ਰਹਿਮਤੁਲਾਹ ਤਾਲਾ ਅਲੈਹ ਮਹਾਨ ਬੜਾ ਮਸ਼ਹੂਰ ਮਾਰੂਫ ਕਸੀਦਾ ਬੁਰਦਾ ਸ਼ਰੀਫ ਸੁਭਾਨ ਅੱਲਾਹ ਕਸੀਦਾ ਬੁਰਦਾ ਸ਼ਰੀਫ ਉਲਮਾ ਕੋਲ ਪੁੱਛੋ ਤੁਲਬਾ ਕੋਲ ਬੁਰਦਾ ਕਹਿੰਦੇ ਨੇ ਚਾਦਰ ਨੂੰ ਕਿ ਚਾਦਰ ਵਾਲਾ ਕਸੀਦਾ ਸੁਭਾਨ ਅੱਲਾਹ چادر والا کہ مولا یصلی وسلم دائما ابدا علی حبیبک خیر الخلق امام بصری رحمت اللہ علیہ فرماندے نے فالج ہو گیا منجی دے نال منجی ہو گیا قلم دعات منگوایا تے کہن لگیا زندگی دا پتہ نہیں وفا کرے نہ کرے بصری چل سرکار دی نعت لکھ جا سبحان اللہ ਰੌਣਕ ਬਣ ਕੇ ਬੈਠੇ ਨੇ ਸਾਡਾ ਹੱਕ ਬਣਦਾ ਅਸੀਂ ਕਲਮਾ ਪੜਿਆ ਉਹ ਸੋਹਣੇ ਨਬੀ ਦਾ ਤਾਂ ਕਿ ਦੁਨੀਆਂ ਵਾਲਿਆਂ ਨੇ ਵੀ ਦੱਸੀਏ ਅਸੀਂ ਕਿਹਦੇ ਮੰਨਣ ਵਾਲੇ ਬੈਠੇ ਹੈਗੇ ਆ ਅਸੀਂ ਕਿਹਦੇ ਮੰਨਣ ਵਾਲੇ ਬੈਠੇ ਆ ਤੇ ਇਹ ਤੇ ਅੱਜ ਦੀ ਗੱਲ ਹੈ ਇਮਾਮ ਬਸ਼ੀਰੀ ਰਹਿਮਤੁਲਾਹ ਤਾਲਾ ਅਲੈਹ ਪਰਮਾਤਮਾ ਨੇ ਆਖਰੀ ਲਮਹਾ ਤਾਂ ਦਾ ਚੱਲ ਨਹੀਂ ਸਕਦਾ ਫਿਰ ਨਹੀਂ ਸਕਦਾ ਕਲਮ ਮੰਗਵਾਈ ਦਵਾਤ ਮੰਗਵਾਇਆ ਕਲਮ ਦਵਾਤ ਮੰਗਵਾ ਕੇ ਕਸੀਦਾ ਲਿਖਣਾ ਸ਼ੁਰੂ ਕਰ ਦਿੱਤਾ ਇਦੋਂ ਕਸੀਦਾ ਲਿਖਦੇ ਰਹਾ ਜਦੋਂ ਕਸੀਦਾ ਮੁਕੰਮਲ ਹੋ ਗਿਆ ਨਾ
ਸਰਕਾਰ ਨੇ ਹੱਥ ਤੇ ਰੱਖਿਆ ਤੇ ਇੰਜ ਮਲਿਆ ਤੇ ਆਪਣੀਆਂ ਜ਼ੁਲਫਾਂ ਨੂੰ ਲਗਾਇਆ। ਅੱਲਾਹ ਫਰਮਾਉਂਦਾ ਹੈ ਮੈਨੂੰ ਇਹ ਤੇਲ ਐਡਾ ਸੋਹਣਾ ਲੱਗਿਆ ਹੈ, ਮੈਨੂੰ ਇਹਦੀ ਵੀ ਕਸਮ ਹੈ। ਸਮਝ ਆਈ ਤੇ ਆਖੋ ਜਾ ਸੁਭਾਨ ਅੱਲਾਹ, ਉੱਚੀ ਆਖਣਾ ਸੁਭਾਨ ਅੱਲਾਹ, ਸੁਭਾਨ ਅੱਲਾਹ। ਬੜੀ ਪਤੇ ਦੀ ਗੱਲ ਹੈ, ਉਲਮਾ ਬੈਠੇ ਨੇ, ਨਮਾਜ਼ ਦਾ ਟਾਈਮ ਆਇਆ, ਬੜਾ ਜ਼ੋਰ ਲਾਉਣਾ ਚਾਹੀਦਾ ਸੀ ਵੀ ਗੱਲ ਹੈ। ਕਸਮ ਉੱਥੇ ਉਠਾਈ ਜਾਂਦੀ ਹੈ ਨਾ ਜਿੱਥੇ ਕੋਈ ਥੋੜਾ ਜਿਹਾ ਮੰਨਦੇ ਨਾ ਹੋਣ ਤੇ ਗੱਲ ਵੀ ਪੱਕੀ ਕਰਨੀ ਹੋਵੇ। ਕਸਮ ਦਾ ਉਸੂਲ ਹੈ, ਕਸਮ ਆਉਂਦੀ ਤਕੀਦ ਵਾਸਤੇ ਹੈ। ਕਸਮ ਆਉਂਦੀ ਤੁਸੀਂ ਬੋਲੋ, ਕਸਮ ਆਉਂਦੀ ਹੈ ਤਕੀਦ ਵਾਸਤੇ, ਸਿੱਧੀ ਲਫ਼ਜ਼ਾਂ ਦੇ ਵਿੱਚ ਕਰਾਂ, ਕਸਮ ਆਉਂਦੀ ਹੈ ਗੱਲ ਨੂੰ ਪੱਕਾ ਕਰਨ ਵਾਸਤੇ, ਕਸਮ ਆਉਂਦੀ ਹੈ ਗੱਲ ਨੂੰ। ਉਲਮਾ ਬੈਠੇ ਨੇ, ਉਲਮਾ ਫੁਜ਼ਲਾ ਜਲਵਾ ਕਰਨੇ, ਉਹ ਸਹੀ ਹੈ, ਫਰਮਾਨੇ ਨਮਾਜ਼ ਦਾ ਅੱਲਾ ਨੇ ਜ਼ਿਕਰ ਫਰਮਾਇਆ ਜ਼ਰੂਰ ਹੈ, ਪਰ ਕਸਮ ਨਹੀਂ ਉਠਾਈ। ਨਹੀਂ ਤੁਸੀਂ ਆਖਣਾ ਹੀ ਨਹੀਂ ਸੁਭਾਨ ਅੱਲਾਹ, ਨਮਾਜ਼ ਦਾ ਜ਼ਿਕਰ ਹੈ ਪਰ ਅੱਲਾ ਨੇ ਕਸਮ ਨਹੀਂ ਉਠਾਈ। ਯਾ ਅੱਲਾ ਪੱਕਿਆ ਤੇ ਇਹਨੂੰ ਕਰੇਗਾ, ਕਸਮਾਂ ਦੀ ਤਕੀਦ ਲਾਜ ਤੇ ਜ਼ਕਾਤ ਦਾ ਹੁਕਮ ਹੈ, ਆ ਤੂੰ ਜ਼ਕਾਤ ਦਾ ਕਸਮ ਨਹੀਂ ਉਠਾਈ। ਅਤਿਮੁਲ ਹਜਾ ਵਲ ਉਮਰਾ, ਹਜ ਤੇ ਉਮਰਾ ਕਰੋ ਹੁਕਮ ਹੈ, ਕਸਮ ਨਹੀਂ ਉਠਾਈ। ਕੁਤਿਬਾ ਅਲੈਕੁਮ ਸਿਯਾਮ, ਹੁਕਮ ਹੈ, ਕਸਮ ਨਹੀਂ ਉਠਾਈ। ਚੱਲ ਮਹਬੂਬ ਦੀ ਕਮਲੀ ਵਾਲੇ ਦਰਬਾਰ ਦੀ ਗੱਲ ਕਰੀਏ, ਬਣ ਜਾਏ ਗੱਲ ਸਾਡੀ, ਸਰਕਾਰ ਦੀ ਗੱਲ ਕਰੀਏ, ਉਹ ਬਣ ਜਾਏ ਗੱਲ ਸਾਡੀ, ਸਰਕਾਰ ਦੀ ਇੱਕ ਨਹੀਂ ਮਿਲ ਕੇ ਬਣਾ, ਬਣ ਜਾਏ ਗੱਲ ਸਾਡੀ। ਹੱਥਾਂ ਨੂੰ ਝੰਡੇ ਬਣਾ ਕੇ ਪੜ ਲੈਣਾ, ਬਣ ਜਾਏ ਗੱਲ ਸਾਡੀ, ਰੱਬ ਵੀ ਫਰਮਾਉਂਦਾ ਜਦੋਂ ਮੇਰੇ ਯਾਰ ਦੀ ਗੱਲ ਕਰੋ ਐਵੇਂ ਨਾ ਕਰੋ, ਪੱਕੀ ਕਰੋ। ਅਤੇ ਹੋਰ ਕੁਰਾਨ ਦੀ ਐਤ ਪੜ੍ਹੀ, ਅੱਲਾ ਫਰਮਾਉਂਦਾ ਤਿਲ ਕਰ ਰਸੂਲ ਫਦਲਨਾ ਬਾਦਹੁਮ ਅਲਾ ਬਾਦ ਮਿਨਹੁਮ ਮਨ ਕੱਲਮ ਅੱਲਾ ਵਰਫਾ ਬਾਦਹੁਮ ਦਰਜਾਤ। ਅੱਲਾ ਫਰਮਾਉਂਦਾ ਤਿਲ ਦਾ ਇਹ ਇਸਮੇ ਇਸ਼ਾਰਾ ਹੈ, ਇਸਮੇ ਤਿਲ ਕਰ ਰਸੂਲ, ਐ ਰਸੂਲ ਯਾਨੀ ਕਿ ਐ ਰਸੂਲਾਂ ਦੀ ਜਮਾਤ, ਐ ਰਸੂਲਾਂ ਦੀ ਜਮਾਤ। ਬਦਲਨਾ, ਤਵੱਜੋ ਕਰਨਾ, ਅੱਲਾ ਦਾ ਕੁਰਾਨ ਪੜ੍ਹਨ ਲੱਗਿਆ ਅੱਲਾ ਫਰਮਾਉਂਦਾ ਅਸੀਂ ਇਹਨਾਂ ਨੂੰ ਬੜੀਆਂ ਫਜ਼ੀਲਤਾਂ ਦਿੱਤੀਆਂ ਨੇ। ਕੌਣ ਫਰਮਾ ਰਿਹਾ? ਬੋਲੀ ਕਹਿਣਾ ਕੋਈ ਸੁਣ ਨਾ ਲਵੇ, ਅੱਲਾ ਫਰਮਾ ਰਿਹਾ ਮੈਂ ਆਪਣੇ ਨਬੀਆਂ ਨੂੰ ਬੜੀਆਂ ਫਜ਼ੀਲਤਾਂ ਅਤਾ ਫਰਮਾਈਆਂ ਨੇ, ਬੜੀਆਂ ਸ਼ਾਨਾਂ ਅਤਾ ਫਰਮਾਈਆਂ ਨੇ। ਰੱਬ ਹੋ ਕੇ ਫਰਮਾਏ ਕਿ ਮੈਂ ਆਪਣੇ ਨਬੀਆਂ ਨੂੰ ਸ਼ਾਨਾਂ ਅਤਾ ਫਰਮਾਈਆਂ ਨੇ ਤੇ ਤੂੰ ਕਲਮਾ ਪੜ੍ਹ ਕੇ ਆ ਕੇ ਕੁਝ ਵੀ ਨਹੀਂ ਦਿੱਤਾ। ਰੱਬ ਹੋ ਕੇ ਯਾਦ ਕਰ ਲਿਆ ਕਿ ਮੈਂ ਹਰ ਨਬੀ ਨੂੰ ਸਵੈਮ ਅਤਾ ਕੀਤੀ, ਹਰ ਨਬੀ ਨੂੰ ਮਕਾਮ ਅਤਾ ਕੀਤਾ, ਔਰ ਉਹ ਸ਼ਾਨਾਂ ਅਤਾ ਫਰਮਾਈਆਂ ਨੇ ਆਪ
ਵਾਰੀ ਆਈ ਤੇ ਅੱਲਾ ਫਰਮਾਉਂਦਾ ਹੈ ਨਬੀਓ ਤੁਸੀਂ ਵੀ ਮੇਰੇ ਨਾਲ ਵਾਅਦਾ ਕਰੋ ਮੇਰੇ ਨਾਲ ਇੱਕ ਵਾਅਦਾ ਕਰੋ ਯਾਰ ਵਾਅਦਾ ਫਰਮਾ ਕਿਤਾਬ ਹਕਮਤ ਨਬੂਤ ਮੈਂ ਦੇਵਾਂਗਾ ਸੁਮਾ ਜਾ ਤੁਮ ਰਸੂਲ ਫਿਰ ਤੁਹਾਡੇ ਕੋਲ ਆਵੇਗਾ ਮੇਰਾ ਰਸੂਲ ਜਦੋਂ ਨਬੀਆਂ ਨੇ ਸੁਣਿਆ ਵੀ ਰੱਬ ਨੇ ਐਲਾਨ ਕੀਤਾ ਵੀ ਨਬੀ ਨੇ ਆਉਣਾ ਰਸੂਲ ਨੇ ਆਉਣਾ ਉਦੋਂ ਦੇ ਉਡੀਕ ਕਰਨ ਲੱਗ ਪਏ ਸੁਭਾਨ ਅੱਲਾਹ ਉਦੋਂ ਦੇ ਉਡੀਕ ਕਰਨ ਲੱਗ ਪਏ ਕਿ ਉਸ ਨੇ ਆਉਣਾ ਹੈ ਉਸ ਨਸੀਬ ਉਹ ਨਬੀ ਕਹਿੰਦੇ ਗਏ ਆ ਰਿਹਾ ਹੈ ਆ ਰਿਹਾ ਹੈ ਤੁਸੀਂ ਖੁਸ਼ ਨਸੀਬ ਹੋ ਮਹਿਫਲਾਂ ਬਣਾ ਕੇ ਇੰਤਜ਼ਾਮ ਕਰਕੇ ਇਲਾਜ ਕਰਦੇ ਹੋ ਕਿ ਜਿਹਦੇ ਵਾਅਦੇ ਜਿਹਦੇ ਇਲਾਜ ਨਬੀ ਕਰਦੇ ਗਏ ਉਹ ਆ ਰਿਹਾ ਹੈ ਸੋਹਣਾ ਨਬੀ ਆ ਗਿਆ ਹੈ ਸੋਹਣਾ ਨਬੀ ਔਰ ਉਹ ਨਬੀ ਦੀਆਂ ਸ਼ਾਨਾਂ ਤੇ ਅਜ਼ਮਤਾਂ ਤੇ ਉਹ ਬਿਆਨ ਕਰੇ ਨਾ ਵੀ ਜਿਹਨੂੰ ਜਿਹਦੇ ਬਾਰੇ ਪਤਾ ਹੋਵੇ ਜਿਹਨੂੰ ਜਿਹਦੇ ਬਾਰੇ ਮੇਰੇ ਬਾਰੇ ਕਿਸੇ ਨੂੰ ਪਤਾ ਨਹੀਂ ਹੈਗਾ ਤੇ ਕੀ ਮੇਰਾ ਤਾਰਫ ਕਰਾਏਗਾ ਯਾਰ ਆ ਬਾਪ ਬੈਠੇ ਨੇ ਮੈਨੂੰ ਨੀ ਪਤਾ ਕਿ ਇਹਨਾਂ ਦਾ ਤਾਰਫ ਹੈਗਾ ਚੰਦ ਆ ਬਾਪ ਦਾ ਪਤਾ ਹੈ ਕਿ ਫਲਾਂ ਫਲਾਂ ਕੰਮ ਕਰਦੇ ਨੇ ਮੈਂ ਉਹਨਾਂ ਦਾ ਤਾਰਫ ਤੇ ਕਰਾ ਸਕਣਾ ਕਿ ਜਨਾਬ ਇਹ ਉਸਤਾਦ ਨੇ ਇਸ ਕੰਮ ਦੇ ਮਾਸਟਰ ਨੇ ਮੈਂ ਤਾਰਫ ਕਰਾ ਸਕਣਾ ਤੇ ਕਈ ਐਸੇ ਬੈਠੇ ਨੇ ਜਿਹਨਾਂ ਦਾ ਮੈਨੂੰ ਪਤਾ ਹੀ ਨਹੀਂ ਹੈ ਤੇ ਮੈਂ ਉਹਨਾਂ ਦਾ ਕੀ ਤਾਰਫ ਕਰਾਵਾਂਗਾ ਮੈਂ ਉਹਨਾਂ ਦਾ ਬਾਬਾ ਜਿਸ ਨਬੀ ਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੈ ਅਸੀਂ ਉਹਦਾ ਕੀ ਤਾਰਫ ਜਿਸ ਦੇ ਬਾਰੇ ਆਪਣਾ ਦਾ ਲਾਲ ਆਪ ਫਰਮਾ ਰਿਹਾ ਕਿ ਮੇਰੀ ਹਕੀਕਤ ਨੂੰ ਮੇਰਾ ਰੱਬ ਜਾਣਦਾ ਕਿ ਹੋਰ ਜਾਣਦਾ ਮੈਂ ਤਾਂ ਕਹਾਂਗਾ ਖੁਦਾ ਜਾਨਵਰ ਅਰਬੀ ਬੋਲ ਰਹੇ ਜਾਨਵਰ ਅਰਬੀ ਬੋਲ ਰਹੇ ਲੋਕੀ ਬਣ ਗਏ ਜਦੋਂ ਮੈਂ ਤਵੱਜੋ ਕੀਤੀ ਉਹਨਾਂ ਜਾਨਵਰਾਂ ਦੀ ਗੱਲ ਸੁਣੀ ਗੁੰਮ 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 ਖੜੇ ਹੋ ਜਾਓ ਉੱਠ ਜਾਓ ਉੱਠ ਜਾਓ ਜਾਨਵਰ ਉੱਠਾ ਰਹੇ ਉੱਠ ਜਾਓ ਜਾਨਵਰ ਕਹਿੰਦੇ ਨੇ ਜਾਨਵਰਾਂ ਨੂੰ ਆਕਾਸ਼ ਨੇ ਕਬੂਤਰ ਰੱਖੇ ਸਨ ਉਹ ਵੀ ਕਹਿੰਦੇ ਨੇ ਗੁੰਮ 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 ਉੱਠ ਜਾਓ ਖੜੇ ਹੋ ਜਾਓ ਪੁੱਛਦਾ ਵਜ੍ਹਾ ਕੀ ਹੈ ਸੁਭਾਨ ਅੱਲਾ ਜਾਨਵਰ ਖੁਸ਼ੀਆਂ ਮਨਾ ਰਹੇ ਸਨ ਕੀ ਬਾਤ ਜਾਨਵਰ ਇਹ ਜਾਨਵਰ ਕਲਮਾ ਪੜ ਕੇ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਸੁਭਾਨ ਅੱਲਾ ਅਸੇ ਜਾਨਵਰ ਵੀ ਤੇ ਹਨ ਵੀ ਕਲਮਾ ਪੜ ਕੇ ਵੀ ਕੋਈ ਖੁਸ਼ੀ ਨਹੀਂ ਦੀ ਮੈਂ ਤੇ ਉਹ ਜਾਨਵਰ ਵਾਹ ਵਾਹ ਕੀ ਬਾਤ ਮੇਰੇ ਸੋਹਣੇ ਦੀ ਅਮਲ ਦੇ ਲਾਭ ਨੂੰ ਜਾਨਵਰ ਸਰਦਾਰ ਪੁੱਛਦਾ ਹੈ ਜਿਸ ਤਰ੍ਹਾਂ ਸਾਡੇ ਮੁਹੱਲੇ
ਮਹਿਲਿਆਂ 'ਚ ਇੱਕ ਕੌਂਸਲ ਹੁੰਦਾ ਹੈ, ਫਿਰ ਅੱਗੇ ਨਾਜ਼ਮ ਹੁੰਦਾ ਹੈ, ਐਮ ਪੀ ਐਮ ਐਨ ਉੱਤੇ। ਇਸੇ ਤਰੀਕੇ ਜਾਨਵਰਾਂ ਦੇ ਅੰਦਰ ਵੀ ਉਹਨਾਂ ਦੀ ਸਰਪ੍ਰਾਈਜ਼ ਕਰਨ ਵਾਸਤੇ ਇੱਕ ਮੁਕਰਰ ਕੀਤਾ ਹੁੰਦਾ ਹੈ, ਜਿਸ ਤਰ੍ਹਾਂ ਅੱਲਾਹ ਦਾ ਕੁਰਾਨ ਉਹ ਕੀੜੀ ਦੀ ਗੱਲ ਕਰਦਾ ਹੈ। ਕੀੜੀ ਨੇ ਕਿਹਾ ਸੀ ਕਿ ਆਪਣੀ ਸਕੂਲਾਂ 'ਚ ਵੜ ਜਾਓ, ਦਾਖਲ ਹੋ ਜਾਓ। ਸੁਲੇਮਾਨ ਦਾ ਲਸ਼ਕਰ ਆ ਰਿਹਾ ਤੇ ਕਿਤੇ ਤੁਹਾਨੂੰ ਮਾਰ ਨਾ ਦੇਵੇ। ਮੈਂ ਕਿਹਾ ਇਹਨਾਂ ਨਾਲੋਂ ਉਹ ਕੀੜੀ ਨਹੀਂ ਚੰਗੀ, ਜਿਹਨੂੰ ਅਮਨ ਹੈ, ਜਿਹਨੂੰ ਰਿਆਇਆ ਇੰਨੀ ਪਿਆਰੀ ਹੈ, ਜਿਹਨੂੰ ਰਿਆਇਆ ਇੰਨੀ ਪਿਆਰੀ ਹੈ, ਉਹ ਜਾਣਦੀ ਕਿ ਮੇਰੀਆਂ ਕੀੜੀਆਂ ਦੇ ਵਿੱਚੋਂ ਇੱਕ ਕੀੜੀ ਵੀ ਮੇਰੀ ਦੌਰੇ ਹਕੂਮਤ ਵਿੱਚ ਮਰ ਗਈ ਤੇ ਰੱਬ ਨੇ ਤਾਂ ਮੇਰੇ ਕੋਲ ਪੁੱਛਣਾ ਹੈ। ਮੈਂ ਕਿਹਾ ਤੁਹਾਡੇ ਨਾਲ ਉਹ ਕੀੜੀ ਨਹੀਂ ਚੰਗੀ, ਪਤਾ ਚੱਲਿਆ ਉਹਨਾਂ ਕੀੜੀਆਂ ਦੀ ਵੀ ਸਰਦਾਰ ਹੈ ਸੀ। ਹਰ ਤਬਕੇ ਦੇ ਅੰਦਰ, ਹਰ ਜਾਨਵਰਾਂ ਦੇ ਜਮਾਤ ਦੇ ਅੰਦਰ, ਪਰਿੰਦਿਆਂ ਦੇ ਗਰੋਹ ਦੇ ਅੰਦਰ ਇੱਕ ਸਰਦਾਰ ਹੁੰਦਾ ਹੈ, ਪਰ ਉਹਨਾਂ ਪਰਿੰਦਿਆਂ ਦੇ ਅੰਦਰ ਵੀ ਇੱਕ ਸਰਦਾਰ ਸੀ। ਉਹ ਟੋਪਾ ਜ਼ਿਕਰ ਬੜੇ ਬੜੇ ਸੋਹਣੇ ਹੋ ਰਹੇ ਨੇ, ਬੀਬੀਆਂ ਵੀ ਜ਼ਿਕਰ ਕਰ ਰਹੀਆਂ ਨੇ। ਬਹੁਤਾ ਸਰਕਾਰ ਦਾ ਜ਼ਿਕਰ ਕਰਨਾ ਚਾਹੀਦਾ ਹੈ ਕਿ ਨਬੀ ਆਇਆ ਤੇ ਬੀਬੀਆਂ ਨੂੰ ਇਸ ਤਰ੍ਹਾਂ ਮਿਲ ਗਈਆਂ। ਪੁੱਛੋ ਦੋ ਪੁੱਤਰ ਸਨ ਨਾ, ਪਿਓ ਮਰ ਜਾਣਾ ਤੇ ਮਾਂ ਨੂੰ ਮੰਡੀ ਵਿੱਚ ਲੈ ਜਾਣਾ, ਜਾ ਕੇ ਵੇਚ ਦੇਣਾ ਮਾਂ ਨੂੰ, ਜਿਹੜੇ ਪੈਸੇ ਹੋਣੇ ਉਹ ਅੱਧੋ ਅੱਧ ਕਰ ਲੈਂਦੇ। ਇਹ ਵਕਫ ਸੀ ਉਹ, ਤੇ ਮੇਰਾ ਸੋਹਣਾ ਨਬੀ ਆਇਆ ਤੇ ਮਕਾਮ ਦੱਸਿਆ, ਮਾਵਾਂ ਨੂੰ ਵੇਚਣ ਵਾਲੇ ਖਬਰਿਓ, ਤੁਹਾਡੀ ਤੇ ਜੰਨਤ ਹੀ ਆਪਣੇ ਮਾਵਾਂ ਦੇ ਪੈਰਾਂ ਥੱਲੇ ਲਾ ਕੇ ਰੱਖੀ। ਨਹੀਂ ਸਮਝ ਆਈ ਤੇ ਨਾ ਬੋਲੋ, ਜੇ ਆ ਗਈ ਸਮਝ ਤੇ ਫਿਰ ਤੇ ਕੱਜ ਦੀ ਆਖੋ ਨਾ। ਸੁਭਾਨ ਅੱਲਾਹ, ਜਾਨਵਰ ਉਹ ਅਰਬੀ ਪਰਿੰਦੇ ਉਹ ਅਰਬੀ, ਮੈਂ ਕਿਹਾ ਕੋਈ ਜਿੰਨ ਜੁਨ ਮੇਰੇ ਘਰੇ ਆ ਰਿਹਾ, ਇਹਦਾ ਕੋਈ ਇਲਾਜ ਕਰੀਏ। ਉਹ ਫਲਾਣੇ ਰਾਹ ਬਲਕ ਜਾਣੇ ਆ, ਉਦੋਂ ਇੱਕ ਰਹਿਬ ਸੀ ਜਿਹੜਾ ਆਪਣੀ ਕੁੰਡਲੀ ਵਿੱਚੋਂ ਬਾਹਰ ਨਹੀਂ ਸੀ ਨਿਕਲਦਾ ਤੇ ਰਾਤੀ ਸੌਂਦਾ ਨਹੀਂ ਸੀ, ਦਿਨੇ ਕਿਸੇ ਨੂੰ ਮਿਲਦਾ ਨਹੀਂ ਸੀ
ਤੇ ਰਾਤੀ ਸੌਂਦਾ ਨਹੀਂ ਸੀ ਬਾਹਰ ਨਿਕਲ ਨਿਕਲ ਕੇ ਉਹਨੇ ਵੇਖਣਾ ਹਜ਼ਰਤ ਅਬਾਸ ਫਰਮਾਉਂਦੇ ਨੇ ਮੈਂ ਕਹਿੰਦਾ ਉਹਦੇ ਵੱਲੇ ਜਾਂਦਾ ਤੇ ਉਹਨੂੰ ਕੋਈ ਗੱਲ ਕਰਨਾ ਵਾ ਤੇਰੀ ਹਵੇਲੀ ਪਿਆ ਮਾਮਲਾ ਬਣ ਗਿਆ ਪਰਿੰਦੇ ਜਾਨਵਰ ਸਾਰੇ ਅਰਬੀ ਤੋਂ ਇਹਨਾਂ ਨੇ ਆਂਦੇ ਉੱਠੋ 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 ਜਲਦੀ ਕਰੋ ਹਜ਼ਰਤ ਅਬਾਸ ਬਾਹਰ ਨਿਕਲੇ ਨਾ ਫਰਮਾਉਂਦੇ ਨੇ ਜਿਹਨੂੰ ਮੈਂ ਲੈਣ ਚੱਲਿਆ ਸਾਡਾ ਉਹ ਮੇਰੇ ਘਰ ਵੱਲ ਦੌੜਦਾ ਆ ਰਿਹਾ ਬੈਠੇ ਹੋ ਤੇ ਆਪੋ ਸੁਭਾਨ ਅੱਲਾਹ ਹਜ਼ਰਤ ਅਬਾਸ ਫਰਮਾਉਂਦੇ ਨੇ ਜਿਹਨੂੰ ਮੈਂ ਲੈਣ ਚੱਲਿਆ ਉਹ ਮੇਰੇ ਘਰ ਵੱਲ ਆ ਰਿਹਾ ਹੈ ਅੱਜ ਰੱਬ ਦਾ ਵੇਖ ਮਿਲਾਦ ਕਿਵੇਂ ਮਨਾਇਆ ਜਾ ਰਿਹਾ ਮਿਲਾਦ ਇਹਨੂੰ ਕਹਿੰਦੇ ਨੇ ਨਬੀ ਦਾ ਮਿਲਾਦ ਨੂਰ ਦੀਆਂ ਸ਼ਵਾਵਾਂ ਆਸਮਾਨ ਵੱਲੇ ਜਾ ਰਹੀਆਂ ਨੇ ਅੱਜ ਤੇ ਨੂਰ ਹੀ ਨੂਰ ਹੋ ਗਿਆ ਅੱਜ ਤੇ ਨੂਰ ਹੀ ਫਰਮਾਉਂਦੇ ਨੇ ਮੈਂ ਕਬਰਸਤਾਨ ਦੇ ਵਿੱਚੋਂ ਮੇਰਾ ਗੁਜ਼ਰ ਹੋਇਆ ਤੇ ਮੈਂ ਵੇਖਿਆ ਸਾਰੀਆਂ ਕਬਰਾਂ ਦੇ ਅੰਦਰ ਨੂਰ ਦੀ ਬੱਤੀ ਬਲਦੀ ਪਈ ਹੈ ਨੂਰ ਦੀ ਬੱਤੀ ਮਾਰੀ ਨੂਰ ਨਾਲ ਰੋਸ਼ਨੀ ਕਬਰ ਚ ਹੋ ਰਹੀ ਮੈਂ ਕਬਰ ਚ ਵੇਖਿਆ ਇੰਨੀ ਰੋਸ਼ਨੀ ਜਿਵੇਂ ਸੂਰਜ ਵੱਲੇ ਵੇਖੀ ਤੇ ਕੋਈ ਸ਼ਾਇਦ ਨਜ਼ਰ ਨਹੀਂ ਨਾ ਆਉਂਦੀ ਮੈਂ ਉਹਦੀ ਕਬਰ ਵੱਲੇ ਵੇਖਿਆ ਤੇ ਇੰਨੀ ਰੋਸ਼ਨੀ ਪਤਾ ਚੱਲਿਆ ਸਾਰੀਆਂ ਕਬਰਾਂ ਚ ਸੱਤ ਟੋਏ ਨਹੀਂ ਆਉਂਦੇ ਕੁਝ ਕਬਰਾਂ ਜਗਮਗ ਵੀ ਕਰ ਰਹੀਆਂ ਕੁਝ ਕਬਰਾਂ ਰੋਸ਼ਨ ਵੀ ਹੁੰਦੀਆਂ ਨੇ ਕੁਝ ਕਬਰਾਂ ਚਾਨਣ ਵੀ ਹੁੰਦਾ ਹੈ ਰੋਸ਼ਨ ਵੀ ਹੁੰਦੀ ਹੈ ਇਮਾਮ ਜਲਾਲੋ ਦੀਨ ਸੀ ਉਹ ਰਹਿਮਤ ਉੱਲਾ ਲਾ ਅਰਥ ਕਰਦੇ ਨੇ ਯਾ ਅੱਲਾ ਕਬਰ ਵਾਲੇ ਦੀ ਰੋਸ਼ਨੀ ਥੋੜੀ ਜੀ ਕੰਮ ਕਰਦੇ ਮੈਂ ਦੇਖਣਾ ਚਾਹਨਾ ਕਬਰ ਵਾਲਾ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਕਰਤਾ ਕੀ ਹੈ ਇਮਾਮ ਪਾਕ ਫਰਮਾਉਂਦੇ ਨੇ ਰੋਸ਼ਨੀ ਲਜਪਾਲ ਸੋਹਣਾ ਮੁਸਕਰਾ ਪਿਆ ਪਰਮਾ ਫਰਿਸ਼ਤੇ ਉਹ ਪਿੱਛੇ ਹਟ ਜਾਓ ਇਹ ਨਹੀਂ ਦੱਸਦਾ ਨਾ ਮੈਂ ਦੱਸਣਾ ਕਬਰ ਵਿੱਚ ਆਉਣ ਵਾਲਾ ਹੈ ਕੌਣ
کملی والے آقا نے فرمایا اے او میرا غلام ہے جڑا ہر سال محفل میلاد مناتا سی ہر سال محفل گل ہوئے نہ منو کدی پرانی گل ہوئے تو پھر تو مننی پے گی کیا کہنے کوئی نہیں مناتا تے نہ مناوے پر انکار تے نہیں نہ کرنا چاہیے شاہ عبد الحق محدث سے دل جے تسی حوالے ور جاؤ فرماندے نے نماز روزے حج زکات اخبار لفیار پڑھ کے دیکھنا فرماندے نے ہر عبادت ہے کسی تے اتنا ناز نہیں نظر آندا کہ رب دی بارگاہ وچ پیش کراں گا تے میری کوئی بخشش دا بہانہ ہی بن جائے پر ایک کمل ایو جے ضرور ہے گج کے پیچھے توڑی سبحان اللہ سبحان اللہ رات نو بھی دو تین پروگرام حضرت صاحب بخار سمے رات نو 3 بجے واپس آیا صبح نماز پڑھی پھر میں بصیر بصیر گیا میرے بزرگاں دا چیلم شریف ہے پھر تو واپس میں پڑھیاں کرو پروگرام رات بھی سفر ہے دن بھی سفر ہے ہن بھی سفر ہے اور زندگیاں ختم ہوئی قلم ٹوٹ گئے آقا تیرے اوصاف کا ایک باب بھی پورا نہ ہوا بے شک ہم سرکار دے ذکر دیاں برکتاں نے بے شک امام پاک فرماتے ہیں سرکار مسکرا پے قبر والا پوچھتا ہے سونے مسکرائے کیوں فرمایا قبر والے دی ادا بڑی کہ نرالی سی سونے او کیڑی فرمایا ہر روز اپنے پیسے دے وچ تھوڑے جے پیسے بچا کے رکھ لیندا سی کہ میں نبی دا میلاد مناونا ہے سبحان اللہ میں نبی دا امام شاہ عبد الحق محدث صدیقی فرماتے ہیں نماز روزے حج زکات سارے عمل ہے سر پر کسے تے اتنا مینوں اعتبار تے مان نہیں دا کہ رب دی بارگاہ وچ پیش کرا ایک عمل ایو جے ہے سی جڑا میں رب دی بارگاہ وچ پیش کرا تے مینوں اودے تے مان نہیں ہے سونیا او کیڑا ہر سال نبی دا میلاد مناتا ہوں سبحان اللہ ہر سال نبی دا میلاد مناتا تو میلاد کے بعد آخر وچ میں سرکار دی بارگاہ وچ ہاتھ بن کے سلام دی پیش کرتا ہوں سبحان اللہ یہ شاہ عبد الحق محدث سے دل بھی کسے پوچھیا حضور حالات بڑے دلی دے خراب نے حالات دلی دے بڑے خراب نے اس ویلے کتب کی کر رہے ہیں فرمایا اس ویلے جڑا کتب ہے نا وہ تو تھوڑا ڈلا مٹھا تو اللہ اللہ کے لگیا میں پوچھا حضور ہے کتھے یہ فلانی جگہ تے خربوزے لائی بیٹھا ہے وہ بندہ اتنے پہنچیا کہ اللہ کا بابا جی خربوزے چاہیے فرمایا لے جا تے وہ بندہ کہندا ہے کہ مٹھی ہوئے تے پیسے لیا گا ٹھیک ہے یار تھوڑی مرضی ایک کٹیا پھکا دو جا تین جا پورا ٹوکرا ہی کٹ کے کہندا جی پھکا ہے میں جا ٹوڑ جا نہیں پیسے دے نہ دے چند دن گزرے حالات دلی بھی حالات ٹھیک ہوئے کہ دکان کھسدی ہے تے سدی ریڑی لگی ہے تے لگی کوئی جا رہا تے جا رہا کسے دی مجال نہیں کہ اک کھول کے ویکھ لے سچے کھپے حالات بڑے ٹھیک تا پھر آ جاؤ اج کل حالات بڑے ٹھیک پلاتا اور یہ بھی پتہ چلیا کہ پتہ بھی انہاں دے وچ ہی کسے دی ڈیوٹی لگی ہو میں پوچھ کسے چپ کیتے نو کولو دی لنگ جا چپ کر کر میں چھیڑ کسے چپ کیتے نو خیر وہ بندہ گیا پانی پین واسے میں پیچھے تو لینے چلا گیا تے لینے تے لگیا ماری آئی تے پانی دا پیالہ پھڑیا تے کہندا جی وچ کتر ہے او بزرگ نے پیالہ پکڑ کے اک چنڈ چلائی نال کہ بھی سارے کھجوریاں نے سمجھ لیا کیا بات ہے پینا تے پینی دے دے رہے ہوئے اے انہاں دی لگی جے شاہ حق محدث سے لے لیا فرماتے ہیں ایک کمل ایسا ہے کہ رب دی بارگاہ وچ پاڑ نال پیش کرنا وہ ہے نبی دا میلاد منانا سبحان اللہ اور میرے دوست
ਲੱਖਾਂ ਦੀ ਸਲਾਨਾ ਮਹਿਫਲੇ ਪਾ ਕੇ ਹਰ ਸਾਲ ਸਰਕਾਰ ਦਾ ਜਸ਼ਨ ਮਨਾਉਂਦੇ ਨੇ ਔਰ ਆਪਣਾ ਪੈਸਾ ਵਕਤ ਖਰਚ ਕਰਦੇ ਨੇ। ਮੈਂ ਆਪਣੀ ਗੁਫ਼ਤਗੂ ਇੱਥੇ ਇਖਤਤਾਮ ਲਿਜਾਣਾ ਚਾਹੁੰਦਾ ਕਿ ਸਦਾਏ ਦਰੂਦੋਂ ਕੀ ਆਤੀ ਰਹੇਗੀ, ਕਿਨੇ ਸੁਣ ਕੇ ਦਿਲ ਸ਼ਾਦ ਹੁੰਦਾ ਰਹੇਗਾ, ਖੁਦਾ ਆਲੇ ਸੁਨਤ ਕੋ ਆਬਾਦ ਰੱਖੇ, ਮੁਹੰਮਦ ਕਾ ਮਿਲਾਦ ਹੁੰਦਾ ਰਹੇਗਾ। ਪੁੱਤਰ ਦੀ ਸ਼ਾਦੀ ਹੋਵੇ ਤੇ ਭਾਵੇਂ 50 ਦੇਗਾ ਪਤਾ ਲਵੇ, ਕਿਸੇ ਵੀ ਆਖਰਾ ਵੀ ਇਹ ਕੀ ਪਿਆ ਕਰਨਾ ਹੈ। ਨਬੀ ਦੇ ਨਾਮ ਦੀਆਂ 2 ਦੇਗਾ ਪੱਟ ਜਾਣ ਪਰ ਪਰੇਸ਼ਾਨ ਹੋ ਜਾਂਦੇ ਹੋ سلسلہ میزبان بھی نے مہمان بھی نے ربانی بھی نے جیسے مناسب سنا بند کر دوں بند کر دے